ਜਿਹੜੀਆਂ ਵਿੱਚ ਤੁਹਾਨੂੰ ਦਿੰਦੀ ਆ ਹਾਂ ਗਵਰਨਮੈਂਟ ਬੰਚ ਸਾਹਮਣੇ ਆ ਬਾਰਡਰ ਹੈ ਜੀ ਚੈੱਕ ਪੋਸਟ ਭਾਰਤ ਪਾਕਿਸਤਾਨ ਦਾ LOC ਬਿਸਕਿਟ ਬਿਸਕਿਟ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਸਾਡੇ ਲੱਦਾਖ ਟ੍ਰਿਪ ਦਾ 7ਵਾਂ ਦਿਨ ਹੈ ਅਸੀਂ ਰੁਕੇ ਸੀਗੇ ਸਿਆਚਿਨ ਕ੍ਰੋਸ ਕਰਕੇ ਥੋਇਸ ਸਿਆਚਿਨ ਤੋਂ 20 ਕਿਲੋਮੀਟਰ ਅੱਗੇ ਆਉਂਦਾ ਥੋਇਸ ਅਤੇ ਥੋਇਸ ਤੋਂ ਹੁਣ 60-70 ਕਿਲੋਮੀਟਰ ਅੱਗੇ ਆਉਂਦਾ ਤੁਰਟੁਕ ਜਿਹੜਾ ਅਖੀਰਲਾ ਪਿੰਡ ਕਿਹਾ ਜਾਂਦਾ ਅਤੇ ਨਾਲ ਬਣੇ ਰਹੋ ਵੀਡੀਓ ਪੂਰੀ ਜ਼ਰੂਰ ਦੇਖਿਓ ਬਾਈ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਜ਼ਰੂਰ ਕਰੋ ਇਹੀ ਹੌਸਲਾ ਹੁੰਦਾ ਸਾਨੂੰ ਹੋਰ ਕੋਈ ਗੱਲਬਾਤ ਬਾਬਾ ਜੀ ਵਾਹਿਗੁਰੂ ਥੋੜ੍ਹਾ ਜਿਹਾ ਢਿੱਲਾ ਹੋ ਗਿਆ ਸੀ ਕੱਲ੍ਹ ਥੋੜ੍ਹਾ ਫੀਵਰ ਕਰਾ ਲਿਆ ਨੇ ਰਾਤ ਦਵਾਈ ਦਿੱਤੀ ਹੈ ਅਤੇ ਹੁਣ ਸਾਨੂੰ ਖਾਣ ਨੂੰ ਆਹ ਕੁਛ ਮਿਲਿਆ 40 ਕਿਲੋਮੀਟਰ ਅੱਗੇ ਜਾ ਕੇ ਢਾਬਾ ਆਊਗਾ ਫਿਰ ਰੋਟੀ ਪਾਣੀ ਛਕਾਂਗੇ ਠੀਕ ਹੈ ਵਾਹਿਗੁਰੂ ਹਾਂਜੀ ਨਿਕਲ ਜੂ ਉਨਾ ਟਾਈਮ ਚਲੋ ਵਧੀਆ ਜਿੱਥੇ ਅਸੀਂ ਬੈਠੇ ਹਾਂ ਇਹਦੇ ਸਾਹਮਣੇ ਦਾ ਮਾਹੌਲ ਹੈ ਆਹੀ ਰੋਡ ਅੱਗੇ ਨੂੰ ਅਸੀਂ ਜਾਣਾ ਪਰ ਇਹਨੂੰ ਆਹ ਸਾਡੇ ਮੋਟਰਸਾਈਕਲ ਹੈ ਸਮਾਨ ਅਸੀਂ ਮੁੰਡੇ ਕੋਲ ਛੱਡਤਾ ਅੱਜ 2 ਹੀ ਮੋਟਰਸਾਈਕਲਾਂ 'ਤੇ ਆਏ ਹਾਂ ਆਹ ਰਾਹ ਇੱਕ ਨਾ ਪੌੜਾ ਆ ਅਸੀਂ ਉੱਧਰੋਂ ਆਏ ਹਾਂ ਇੱਧਰ ਨੂੰ ਲੰਘੇ ਉਹ ਬਾਬਿਆਂ ਨੇ ਕੰਮ ਕਰਨਾ ਜੀ ਤਾਂ ਉੱਧਰ ਰੁਕਣ ਨਹੀਂ ਦਿੱਤਾ ਕਹਿੰਦੇ ਜੀ ਅੱਗੇ ਕ੍ਰੋਸ ਕਰ ਜਾਓ ਬੜਾ ਸੋਹਣਾ ਨਜ਼ਾਰਾ ਇਹਦਾ ਆਹ ਦੇਖੋ ਕੱਲ੍ਹ ਅਸੀਂ ਸਿਆਚਿਨ ਕ੍ਰੋਸ ਕਰਕੇ ਥੋਇਸ ਰੁਕੇ ਸੀ ਥੋਇਸ ਤੋਂ ਸਿਆਚਿਨ ਤੋਂ ਥੋਇਸ 20 ਕਿਲੋਮੀਟਰ ਅਤੇ ਥੋਇਸ ਤੋਂ ਜਿਹੜਾ ਤੁਰਟੁੱਕ ਹੈ ਜਿਹੜਾ ਪਹਿਲਾਂ ਲਾਸਟ ਵਿਲੇਜ ਕਿਹਾ ਜਾਂਦਾ ਸੀ ਉਹ ਲਗਭਗ 70 ਕਿਲੋਮੀਟਰ ਹੈ ਤੁਰਟੁੱਕ ਤੋਂ 10 ਕਿਲੋਮੀਟਰ ਹੋਰ ਅੱਗੇ ਇੱਕ ਹੋਰ ਬ੍ਰਿਜ ਹੈ ਨਵਾਂ ਹੋਰ ਇੱਕ ਨਵਾਂ ਪਿੰਡ ਹੈ ਜਿਹਨੂੰ ਹੁਣ ਲਾਸਟ ਵਿਲੇਜ ਕਹਿੰਦੇ ਮਾਨਾ ਉਹ ਖੜ੍ਹੇ ਸਾਡੇ ਮੋਟਰਸਾਈਕਲ ਬਹੁਤ ਬੜਾ ਪਹਾੜ ਆ ਆਪਣੇ ਮੋਟਰਸਾਈਕਲ ਖੜਿਆ ਅਤੇ ਉੱਪਰ ਪੱਥਰ ਦੇਖੋ ਬਾਈ ਕਿੱਦਾਂ ਮਸਾਂ ਹੀ ਅੜੇ ਜਿਹੇ ਹੋਏ ਆ ਕਦੇ ਵੀ ਡਿੱਗ ਸਕਦੇ ਇਹ ਚੱਲੀਏ ਬਾਈ ਆਪਾਂ ਨਾ ਉਰੇ ਨਾ ਰੁਕੀਏ ਬਹੁਤਾ ਟਾਈਮ ਚਲੋ ਆਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਨਾ ਆਹ ਰੋਡ ਹੈ ਪਰੇ ਉਹ ਦੇਖੋ ਉਹ ਨਾਲ ਨਾਲ ਰੋਡ ਹੈ ਪਰ ਉਹ ਸਾਰਾ ਬੰਦ ਹੋ ਗਿਆ ਲੈਂਡ ਸਲਾਈਡਿੰਗ ਨਾਲ ਉੱਪਰੋਂ ਪਹਾੜ ਡਿੱਗ ਡਿੱਗ ਉਹ ਸਾਰਾ ਦੇਖੋ ਨਾਲ ਨਾਲ ਸਾਰਾ ਬੰਦ ਹੋਇਆ ਪਿਆ ਬਰਫਾਂ ਦੇ ਨਾਲ ਰੋੜੇ ਬੱਟੇ ਥੱਲੇ ਆ ਜਾਂਦੇ ਜਦੋਂ ਬਰਫਾਂ ਪਿਘਲਦੀਆਂ ਇਹ ਬਾਈ ਮਿਲਿਆ ਆਰਮੀ ਦਾ ਕੈਫੇਟੇਰੀਆ ਇੱਥੇ ਤਾਂ ਦੇਖੋ ਕਿਵੇਂ ਲੋਕਾਂ ਨੇ ਹਨਾ ਆਪਦੀ ਹਾਜ਼ਰੀ ਲਵਾਈ ਹੈ ਅਤੇ ਹਾਜ਼ਰੀ ਫਿਰ ਆਪਾਂ ਵੀ ਲਵਾ ਦੀ ਸਰਾਬਾ ਸਮੁੰਦਰ ਗਰਿਆਲ ਔਰ ਇੱਕ ਸਾਰਾ ਹੀ ਭਰਿਆ ਪਿਆ ਇਹ ਆਰਮੀ ਲਈ ਪਿਆਰ ਹੈ ਲੋਕਾਂ ਦਾ ਇੱਥੇ ਜਲੇਬੀ ਪਕੌੜਾ ਮਿਲਦਾ ਬੜਾ ਸਵਾਦ ਆਪਾਂ ਪਹੁੰਚ ਗਏ ਮਾਨਾ ਵਿਲੇਜ ਥਾਂਗ ਮਾਨਾ ਨਹੀਂ ਥਾਂਗ ਵਿਲੇਜ ਇਹ ਇੱਧਰ ਦਾ ਲਾਸਟ ਵਿਲੇਜ ਹੈ ਤੁਰਤੁਕ ਤੋਂ 5 ਕਿਲੋਮੀਟਰ ਅੱਗੇ ਹੈ ਮੋਟਰਸਾਈਕਲ ਆਪਾਂ ਇੱਥੇ ਡੱਕ 'ਤੇ
ਹੁਣ ਇੱਥੋਂ ਆਪਾਂ ਆਹ ਰਸਤੇ ਜਿੱਧਰ ਨੂੰ ਆ ਚੋਬਰ ਚੱਲਿਆ ਇੱਧਰ ਦੀ ਪੈਦਲ ਹੋ ਕੇ ਜਾਵਾਂਗੇ 100-150 meters ਅੱਗੇ। ਕਿਉਂ ਬਾਈ ਠੀਕ ਹੈ ਨਾ ਗੱਲ? ਆ ਇਹਨਾਂ ਦਾ ਰੈਸਟੋਰੈਂਟ ਹੈ, ਖਾਧਾ ਤਾਂ ਕੁਛ ਨਹੀਂ ਪਰ ਅਸੀਂ ਸੋਹਣਾ ਬਹੁਤ ਲੱਗਿਆ ਰੈਸਟੋਰੈਂਟ, ਹੈਗੀ ਗੱਲਬਾਤ ਰੈਸਟੋਰੈਂਟ ਦੀ। ਆਹ ਕੁਛ ਆ ਇੱਥੇ ਗੋਬਾ ਅਲੀ ਫਾਰਮ ਹਾਊਸ ਮਿਊਜ਼ੀਅਮ ਬੋਟੈਨੀਕਲ ਗਾਰਡਨ ਫਿਸ਼ ਪੌਂਡ ਲੱਗਦੀ ਕਿ ਵਿਧੀ ਚ ਉਹੀ ਪੈਨਸ਼ਨ ਥਾ ਸਨ 1971 ਕਾ ਪਹਿਲੇ ਜੋ ਬ੍ਰਿਜ ਬਣਾਇਆ ਆਪਣਾ ਇੰਡੀਆ ਨੇ ਬਾਅਦ ਮੈਂ ਬਣਾਇਆ ਯਹੀ ਨਦੀ ਪੈਨਸ਼ਨ ਥਾ ਜੀ ਨਦੀ ਕੋ ਬਹੁਤ ਕਾ ਤਰਫ ਇੰਡੀਆ ਥਾ ਯਹ ਆਪ ਰੋਡ ਮੈਂ ਨਿਕਲਾ ਤੋ ਵਹੀ ਰੋਡ ਕਾ ਮੈਦਾਨ ਜੋ ਹੈ ਵਹੀ ਪਾਰ ਪਾਰ ਸਭ ਮੈਂ ਪਾਕਿਸਤਾਨ ਕਾ ਪਹੁੰਚਾ ਜੀ ਵਾਲਾ ਬੈਂਕਾਰ ਦੇਖ ਗਏ ਉਹ ਮੈਦਾਨ ਮੈਂ ਇਹ ਪਹਾੜ ਜੋ ਹੈ ਆਪਣਾ ਆਏ ਜੀ ਪਹਾੜ ਇਹ ਥੰਗ ਹੋ ਕੇ ਆਪਣਾ ਆਏ ਜੀ ਨਦੀ ਕੇ ਤਰਫ ਜੋ ਹੈ ਨਦੀ ਕੋ ਇਸ ਤਰਫ ਆਪਕੋ ਦੇਖ ਰਹਾ ਹੈ ਉਹ ਮੈਦਾਨ ਦੇਖ ਰਹਾ ਹੈ ਉਹ ਗਾਉਂ ਦੇਖ ਰਹਾ ਹੈ ਪਾਕਿਸਤਾਨ ਕਾ ਇੰਡੀਆ ਡੋ ਸਮਝ ਗਿਆ ਇਸਕਾ ਨਾਮ ਹੈ ਛੋਟਾ ਅੱਗੇ ਵਾਲਾ ਗਾਉਂ ਦੇਖ ਰਹਾ ਹੈ ਆਪਕੋ ਸਵੇਰ ਸਵੇਰ ਆਪਾਂ ਜਿੱਥੇ ਖੜੇ ਹਾਂ ਇਹ ਪਿੰਡ ਦਾ ਨਾਮ ਹੈ ਥਾਂਗ ਜਿਹੜਾ ਭਾਰਤ ਦਾ ਪਿੰਡ ਹੈ ਪਰਲੇ ਪਾਸੇ ਜਿਹੜਾ ਪਿੰਡ ਹੈ ਆ ਵਿਊ ਦੇਖ ਲਓ ਸੇਮ ਇਹੀ ਵਿਊ ਤੁਹਾਨੂੰ ਦਿਖਾਉਂਦੇ ਹਾਂ ਉਹ ਹੈਗਾ ਫਰਨੂ ਪਾਕਿਸਤਾਨ ਦਾ ਅਤੇ ਉਹਦੀ ਆਹ ਹਿਸਟਰੀ ਆ ਵੀਡੀਓ ਪੌਜ਼ ਕਰਕੇ ਪੜ੍ਹ ਲਿਓ ਅਤੇ ਇੱਧਰ ਹੈ ਗੱਲਬਾਤ ਉਹ ਹੈ ਪਰਲਾ ਪਿੰਡ ਫਰਨੂ ਪਾਕਿਸਤਾਨ ਵਾਲਾ ਅਤੇ ਆਹ ਜਿਹੜੀਆਂ ਵਿੱਚ ਤੁਹਾਨੂੰ ਦਿੰਦੀ ਆਹ ਆਹ ਬਾਰਡਰ ਹੈ ਭਾਰਤ ਪਾਕਿਸਤਾਨ ਦਾ LOC ਅਤੇ ਆ ਪਿਛਲੇ 20 kilometers ਦੇ ਜਿੰਨੇ ਪਿੰਡ ਹੈ ਇਹ ਸਾਰੇ ਲਗਭਗ ਮੁਸਲਿਮ ਧਰਮ ਨਾਲ ਬਿਲੋਂਗ ਰੱਖਦੇ ਨੇ ਅਤੇ ਉਹਨਾਂ ਦੇ ਪਿੰਡ ਨੇ ਅਤੇ ਸਾਰੇ ਪਾਕਿਸਤਾਨ ਤੋਂ ਜੁੜ ਕੇ ਆਏ ਹੋਏ ਨੇ ਹਾਂ ਬਾਬਾ ਹੁਣੇ ਵੀ ਆਪਾਂ ਨੂੰ ਉਹੀ ਦੱਸਦੇ ਸੀਗੇ ਵੀ ਘਰਦਿਆਂ ਨੇ ਮੈਨੂੰ ਕੋਈ ਕੰਮ ਭੇਜਿਆ ਸੀ ਅਤੇ ਇੱਧਰ ਆਇਆ ਅਤੇ ਫਸ ਗਿਆ ਲੜਾਈ ਲੱਗ ਗਈ ਉਸ ਤੋਂ ਬਾਅਦ ਇੱਧਰ ਹੀ ਰਹਿ ਗਿਆ ਅਤੇ ਉਹ ਗੱਲਬਾਤ ਹੈ ਇਹ ਦੁੱਖ ਦੀ ਗੱਲ ਹੈ ਬਈ ਦੋ ਦੇਸ਼ ਵੰਡੇ ਗਏ ਅਤੇ ਬਹੁਤ ਘਰ ਉੱਚੜੇ ਇਹਦੇ ਵਿੱਚ ਆ ਬੀਬੀਆਂ ਇੱਥੇ ਆਸਮਾਨ ਵੇਚ ਆਹ ਕੀ ਹੈ ਮਾਤਾ ਜੀ ਬਦਾਮ ਹੈ ਹੈ ਬਦਾਮ ਥੋੜੀ ਹੈ ਯਾਰ ਰੇ ਬਦਾਮ ਕਾ ਹੈ ਜਿਸਮੇ ਸੇ ਯੇ ਨਿਕਲਤਾ ਬਦਾਮ ਨਿਕਲਤਾ ਹੈ ਅੱਛਾ ਆ ਕੀ ਹੈ ਯੇ ਇਸੀ ਕਾ ਪਾਰਟ ਹੈ ਬਦਾਮ ਨਿਕਲਤਾ ਅੱਛਾ ਜੀ ਇਹ ਅਲੱਗ ਬਦਾਮ ਹੈ ਨਾ ਕਾਜੂ ਹੈ ਇਹ 300 ਅੱਧਾ ਕਿਲੋ ਉਹ ਇਸਮੇ ਸੇ ਯੇ ਬਦਾਮ ਨਿਕਲਤਾ ਹੈ ਕਿਆ ਬੋਲਤੇ ਇਸਕੋ ਬਦਾਮ ਕੋ ਅਮਾ ਆਪ ਵੀ ਆਪਕੀ ਤਾਂ ਉਮਰ ਬਹੁਤ ਹੈ 80 ਸਾਲ ਹੈ ਅੱਛਾ ਆਪ ਵੀ ਡੇਲੀ ਯਹਾਂ ਆਤੇ ਹੋ ਹਾਂਜੀ ਔਰ ਕਿਤਨੇ ਘੰਟੇ ਯਹਾਂ ਬੈਠਤੇ ਹੋ ਅਮਾ ਸੰਗ ਕੀ ਚਲੋ ਵਧੀਆ ਵਧੀਆ ਅਮਾ ਠੀਕ ਹੈ ਇੱਥੇ ਸਾਰੀਆਂ ਬੈਠੀਆਂ ਨੇ ਬਦਾਮ ਬਦੂਮ ਵੇਚਦੀਆਂ ਨੇ ਲਓ ਜੀ ਹੁਣ ਆਪਾਂ ਚੱਲੀਏ ਤੁਰਤੁਕ ਵਿਲੇਜ ਓਹ ਧਿਆਨ ਨਾਲ ਬਾਈ ਓਏ ਥੱਲੇ ਦੀ ਚੱਲੋ ਓਏ ਇੱਧਰ ਦੀ ਹੁਣ ਇੱਧਰ ਨੂੰ ਐਕਸਪਲੋਰ ਕਰੀਏ ਮੋਟਰਸਾਈਕਲ ਆਪਣੇ ਉੱਧਰ ਖੜੇ ਪਰਲੇ ਪਾਸੇ ਕੀ ਹੈ ਕੁੱਕੜ ਵੀ ਰੱਖਿਆ ਬਸ ਇਹਨਾਂ ਨੂੰ ਝਟਕਾ ਦੇਣਗੇ ਜਦੋਂ 2 ਗ੍ਰਾਹਕ ਵੱਧਾਂਗੇ ਆਹ ਕੀ ਆ ਬਾਈ ਇਹ 'ਚ ਵਾਹਿਗੁਰੂ ਜਾਨਵਰ ਰੱਖਦੇ ਹੋਣਗੇ ਨਾ ਸ਼ਾਮ ਨੂੰ ਜਾਨਵਰ ਆਪਦੇ ਵਾੜ ਦਿੰਦੇ ਹੋਣੇ ਇਹਦੇ ਵਿੱਚ ਮੁਰਗੀ ਆਪਣਾ ਬੱਕਰੀਆਂ ਬੁੱਕਰੀਆਂ ਜਾਂ ਗਾਈਆਂ ਠੀਕ ਹੈ ਜੀ ਆ ਇਹਨਾਂ ਦਾ ਨੀਰੇ ਵਾਲਾ ਲੱਗਦਾ ਅੰਦਰ ਹੈ ਇਹ ਤਾਂ ਨਹੀਂ ਹੈ ਇਹ ਨੀਰੇ ਵਾਲਾ ਇਸਮੇ ਭੈਂਸੂ ਕੇ ਲੀਏ ਚਾਰਾ ਹੈ ਲੜਕੇ ਮਰਾਠੇ ਅੱਤ ਤੁੱਕ ਪਿੰਡ ਦਾ ਨਜ਼ਾਰਾ
तुर तुर पिंड दियां गलियां च फिरदे आं आपां तुरे ओह आउंदे मुंडे अपने आले पिछे ਅਤੇ ਹੁਣ ਕਿੱਧਰ ਨੂੰ ਜਾਣਾ ਬਾਲਟੀ ਹੈਰੀਟੇਜ ਹਾਊਸ ਮਿਊਜ਼ੀਅਮ ਓਕੇ ਬਾਲਟੀ ਕੀ ਯਾਰ ਪਹਿਲੇ ਬਾਲਟੀ ਰੈਸਟੋਰੈਂਟ ਵੀ ਥਾ ਇੱਕ ਰਸਤੇ ਮੇਂ ਨਾ ਆਹ ਕਿਹੜਾ ਦਰਖਤ ਆ ਵੀ ਪਾਪੂਲਰ ਤਾਂ ਨਹੀਂ ਹੈ ਉਹ ਯਾਰ ਪਾਪੂਲਰ ਹੈ ਵਾਹਿਗੁਰੂ ਪਾਪੂਲਰ ਤਾਂ ਨਹੀਂ ਹੈਗਾ ਇਹ ਨਹੀਂ ਯਾਰ ਉਹਦੇ ਹੀ ਸਰੀਕੇ 'ਚ ਹੋਊਗਾ ਵਧੀਆ ਬਾਈ ਜੀ ਜੋ ਤੂੰ ਕਹਿੰਦਾ ਸੀ ਮਿਊਜ਼ੀਅਮ ਹੈ ਅਜਮਲ ਕਿਸ ਸਾਈਡ ਮਿਊਜ਼ੀਅਮ ਸ਼ਰਮਾ ਗਿਆ ਮੁੰਡਾ ਚਲੋ अब कहाँ जाएंगे यही है बाल्टी हेरिटेज म्यूजियम चलो अजमल बाय बाय थैंक यू आपका बहुत बहुत हो क्या करना चल चल अजमल को कर लिया मैंने शूट किया भी थे बाल्टी हेरिटेज हाउस म्यूजियम ओके इधर है पूछो वाहेगुरु ਕਿੰਨਾ ਰੋਕੜਾ ਦੇਣਾ ਪੈਣਾ ਆ ਕੁਛ ਹੈ ਇੱਥੇ ਹਾਂ ਜੀ 70 ਰੁਪਏ ਪਰ ਪਰਸਨ ਸੱਚਾ ਨੰਨੀ 25 ਰੂਮਸ ਕਟਾਓ ਵੀ ਟਿਕਟ ਕਿੰਨੇ ਸਾਲ ਪੁਰਾਣਾ ਹੈ ਜੀ ਇਹ ਮਕਾਨ 150 ਸਾਲ ਪੁਰਾਣਾ ਹੈ और इसके अंदर जो पुराना चीज है वो 200-300 साल पुराना है ओके ये आपका ही घर है तीन इनको कितना हो गया 210 हो गया 210 210 भाई गुरु किमें आई भी गलबात समझ ठीक है आ तो कपड़ लत्ता इन दा छत्ता है ना हाँ विक्रम तो बैठ बैठ के देख रहा इतों की ठंड का ही कुछ चलना भाई है ना हाँ और भाई बाकी उरे आह भांडे रिंडा इन्हों का जूट पेंट्री ये रसोई घर सी है चलो जी आ गुफा विच दी जाना है ता ओ जवाक डरदे सी है ना कहंदे वी इधर नेरा ਉਹ ਆਉਂਦੇ ਨਹੀਂ ਹੋਣੇ ਇੱਧਰ ਦੀ ਉਹਨਾਂ ਕੋਲ ਜਿਹੜਾ ਫਿਰ ਮੋਬਾਈਲ ਫੋਨ ਉੱਤੇ ਰਹਿੰਦੇ ਲੈ ਉਹ ਹੋਰ ਕੁਝ ਕਰਿਆ ਹੀ ਨਹੀਂ ਕੋਈ ਲੋਡ ਕੀ ਹੈ ਆ ਜਾ ਇੱਧਰ ਕੈਮਰਾ ਵੀ ਹੈ ਯਾਰ ਕਚਰਾ ਪਹਿਲਾਂ ਤਾਂ ਥੱਲੇ ਥੱਲੇ ਜਾਂਦੇ ਹੀ ਨਹੀਂ ਹੋਣਗੇ ਮੈਂ ਇੱਕ ਪੈਂਡਾ ਪੈਂਡ ਜੀ ਬਸ ਇਹਨਾਂ ਦੀ ਦੁਨੀਆ अरे कपड़े चेंज कर लिए अज दिन सतमा
हूँ हो गया समाप्त तो बजे सत्त। असल कहानी यह है भी अज जो सफ़र सीगा वो भी थकान वाला ही सी क्योंकि पहाड़ 80-85 किलोमीटर जाना तो 80-85 किलोमीटर वापस आना। तो यद नचोड़ असं ये क्या भी जे तो थोनों वो चीज़ मैटर करती है भी जी फीलिंग वाली गल है बई भारत पाकिस्तान बार्डर से जाके जो खीरला पिंड है वो देखना तो उत्थे फोटो करवाया जो फीलिंग है जी जे तुम वो करना फिर तुम आ जाओ नहीं तो तुम हुंडर रुक के हुंडर घूम के हुंडर तो ही वापस पेंगोंग वालों निकल जाओ जा लेह वालों जिमें थोड़ा प्लैन है क्योंकि ये मनो भी 100 किलोमीटर होगा हुंडर तो जिथे असी बैठे इतों हुंडर भी 15 किलोमीटर अगे है तो 100 किलोमीटर आना तो 100 किलोमीटर जाना एक दिन के पूरा ट्रैवल करना थोड़ा जहा हैक्टिक हो जाता। तो बाकी देखने तो कोई कुछ बहुता है नहीं सी उत्थे जिहड़ा टुटुक पिंड है वह भी ठीक ठीक जी गलबात सी कोई बहुती एड्डी गलबात नहीं सी भी आप कही भी हाँ भाई जरूर जाओ। तो कलू इतों असी हूँ जावे पेंगोंग 250 के आस पास किलोमीटर है पेंगोंग लेक तो कलू पेंगोंग रुकेंगे तो पेंगोंग का भी सफ़र तो पेंगोंग जोड़े पेंगोंग नज़ारे आ वह भी बहुत सोहनी चीज़ है तो वह भी थोनों कलू दिखाने ठीक है जी भाई सत श्री अकाल सारे नूं।